ਜਗ੍ਹਾ ਪੁਲਿਸ ਰਾਜ ਦੀ ਧੱਕੇਸ਼ਾਹੀ ਨਾਦਰਸ਼ਾਹੀ ਰਵੱਈਏ ਨਾਲ ਪਹਿਲਾਂ ਇੱਕ ਪ੍ਰਾਈਵੇਟ ਚੈਨਲ ਦੇ ਬ੍ਰੌਡਕਾਸਟ ਨੂੰ ਬੰਦ ਕੀਤਾ ਜਾਂਦਾ, ਉਹਦੇ ਬਾਅਦ ਇੱਕ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਨੂੰ ਜਿਸ ਤਰ੍ਹਾਂ ਬਰੂਟਲ ਫੋਰਸ ਇਸਤੇਮਾਲ ਕਰਕੇ ਬਹੁਤ ਹੀ ਬਰਬਰਤਾਪੂਰਵਕ ਜਿਸ ਤਰ੍ਹਾਂ ਚੁਣੇ ਨੁਮਾਇੰਦਿਆਂ ਦੇ ਉੱਤੇ ਹਮਲਾ ਕੀਤਾ ਗਿਆ, ਆਹ ਪੰਜਾਬ ਵਾਸਤੇ ਅਤੇ ਹਿੰਦੁਸਤਾਨ ਦੇ ਲੋਕਤੰਤਰ ਵਾਸਤੇ ਬਹੁਤ ਵੱਡਾ ਖਤਰਾ ਹੈ ਰਿਪ੍ਰਜੈਂਟੇਟਿਵਸ ਇਨ ਕੁਸ਼ਚਨ ਨਾਲ ਬੈਸ ਬ੍ਰਦਰ ਦੇ ਨਾਲ, ਬਟ ਸਿਧਾਂਤਿਕ ਤੌਰ ਦੇ ਉੱਤੇ ਆਹ ਜਿਹੜਾ ਹਮਲਾ ਹੋਇਆ ਜਿਸ ਤਰ੍ਹਾਂ ਹੁਣ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਟ ਡਜ਼ ਨਾਟ ਰੀਅਲੀ ਸਿਰਫ ਸਿਮਰ ਬੈਂਸ ਦੇ ਉੱਤੇ ਜਾਂ ਬੈਂਸ ਬ੍ਰਦਰ ਦੇ ਉੱਤੇ ਹਮਲਾ ਨਹੀਂ ਹੋਇਆ, ਆਹ ਹਮਲਾ ਅਪੋਜੀਸ਼ਨ ਦੇ ਉੱਤੇ ਐਂਡ ਕਾਂਗਰਸ ਪਾਰਟੀ ਦੀ ਸੋਚ ਅਤੇ ਖਾਸ ਕਰਕੇ ਰਾਹੁਲ ਗਾਂਧੀ ਜੀ ਦੀ ਜਿਸ ਤਰ੍ਹਾਂ ਸੋਚ ਹੈ ਦੈਟ ਵੋਇਸ ਆਫ ਡਿਸੈਂਟ ਕੈਨ ਨਾਟ ਬੀ ਸਾਇਲੈਂਸ, ਉਹਦੇ ਨਾਲ ਰਾਹੁਲ ਗਾਂਧੀ ਕਾਂਗਰਸ ਪਾਰਟੀ ਸੈਂਟਰ 'ਤੇ ਵੀ ਖੜ੍ਹੇ ਹੈ, ਇੱਥੇ ਵੀ ਅਸੀਂ ਇਹਦੇ ਮੁੱਦੇ ਦੇ ਉੱਤੇ ਸਿਧਾਂਤਿਕ ਤੌਰ ਦੇ ਉੱਤੇ ਸਰਕਾਰ ਦੀ ਧੱਕੇਸ਼ਾਹੀ ਦੀ ਖਿਲਾਫਤ ਕਰਨ ਵਾਸਤੇ ਸਿੰਬੋਲਿਕ ਤੌਰ 'ਤੇ ਅੱਜ ਅਸੀਂ ਮਿਲਣ ਵਾਸਤੇ ਕੁੰਭ ਕਲਾਂ ਜੇਲ੍ਹ ਦੇ ਵਿੱਚ ਗਏ ਸੀ ਜਿੱਥੇ ਸਿਮਰ ਨੂੰ ਗ੍ਰਿਫਤਾਰ ਕਰ ਰੱਖਿਆ ਉਹਨਾਂ ਨੇ। ਐਂਡ ਆਈ ਐਮ ਸ਼ੌਕ ਟੂ ਸੀ ਵੀ ਇੱਕ ਪਾਸੇ ਡੀ ਜੀ ਪੀ ਸਾਹਿਬ ਕਹਿ ਰਹੇ 57 ਗੈਂਗ ਓਪਰੇਟ ਕਰ ਰਹੇ ਹੈ, ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਵੀ ਜੇਲ੍ਹਾਂ ਦੇ ਅੰਦਰ ਜੋ ਕੁਛ ਹੋ ਰਿਹਾ ਉਹਦੇ ਉੱਤੇ ਉਹਨਾਂ ਨੇ ਆਪਣੀ ਲਾਚਾਰੀ ਜਾਂ ਬੇਬਸੀ ਜ਼ਾਹਿਰ ਕੀਤੀ ਵੀ ਮੈਂ ਕੀ ਕਰ ਸਕਦਾ ਜੇਲ੍ਹਾਂ ਦੇ ਵਿੱਚ, ਅਤੇ ਦੂਜੇ ਪਾਸੇ ਗੁੰਡਿਆਂ ਨੂੰ ਪ੍ਰੋਟੈਕਸ਼ਨ ਅਤੇ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਤਸ਼ੱਦਦ ਜਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਭਜਾ ਕੇ ਕੱਢ ਕੇ ਲੈ ਕੇ ਗਏ ਹੈ, ਘੱਟੋ ਘੱਟ ਮੇਰੇ ਖਿਆਲ 150 ਪੁਲਿਸ ਵਾਲੇ ਘੇਰ ਕੇ ਉਹਨਾਂ ਨੂੰ ਉੱਥੇ ਡਾਂਗਾਂ ਨਾਲ ਅਤੇ ਰਾਈਫਲਾਂ ਨਾਲ ਜਿਸ ਤਰ੍ਹਾਂ ਉੱਥੇ ਕੱਢਿਆ ਹੈ, ਦੈਟ ਇਜ਼ ਏ ਸੈਡ ਕਮੈਂਟਰੀ ਔਨ ਦਾ ਲੋਅ ਐਂਡ ਆਰਡਰ ਸਿਚੁਏਸ਼ਨ ਇਨ ਪੰਜਾਬ, ਨੋਟ ਓਨਲੀ ਲੋਅ ਐਂਡ ਆਰਡਰ ਸਿਚੁਏਸ਼ਨ ਇਨ ਪੰਜਾਬ, ਔਨ ਦਾ ਗੁੱਡ ਗਵਰਨੈਂਸ ਐਂਡ ਦਾ ਵਰਕਿੰਗ ਆਫ ਦਾ ਹੋਮ ਮਿਨਿਸਟਰੀ, ਸਾਡੇ ਹੋਮ ਮਿਨਿਸਟਰ ਸਾਹਿਬ ਦਾ ਜੋ ਰਵੱਈਆ ਹੈ ਇਟਸ ਓਨਲੀ ਰਿਫਲੈਕਟਸ ਦ ਐਂਡ ਇਜ਼ ਨਾਈ। ਮਾੜੇ ਦਿਨ ਆ ਗਏ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਦਿਸ ਇਜ਼ ਦਾ ਬਿਗਨਿੰਗ ਆਫ ਦ ਐਂਡ, ਆ ਅਕਾਲੀ ਦਲ ਦੇ ਆਖਰੀ ਸਾਂਸ ਲੈ ਰਹੀ ਹੈ ਜਾਣ ਤੋਂ ਪਹਿਲਾਂ ਸਰਕਾਰ ਜਿਹੜੀ ਹੈ, ਇਸ ਕਿਸਮ ਦੀ ਤਸ਼ੱਦਦ ਖਾਸ ਕਰਕੇ ਪੰਜਾਬ ਦੇ ਲੋਕ ਤਾਂ ਸਹਿਣ ਕਰਦੇ ਨਹੀਂ, ਅਸੀਂ ਬਹੁਤ ਮਾੜੇ ਦਿਨ ਦੇਖੇ ਆ ਪੰਜਾਬੀਆਂ ਨੇ ਇਸ ਕਿਸਮ ਦੀ ਤਸ਼ੱਦਦ ਲੋਕਤੰਤਰ ਦੇ ਅੰਦਰ। ਆਈ ਥਿੰਕ ਦਿਸ ਇਜ਼ ਦਾ ਓਨਲੀ ਡਿਫਰੈਂਸ ਬਿਟਵੀਨ ਪਾਕਿਸਤਾਨ ਐਂਡ ਇੰਡੀਆ ਵੀ ਇੱਥੇ ਵੋਇਸ ਆਫ ਅਪੋਜੀਸ਼ਨ ਇਜ਼ ਆਲਵੇਜ਼ ਬਿਨ ਅਲਾਊਡ। ਇੱਕ ਪਾਸੇ ਬਾਦਲ ਸਾਹਿਬ ਨੇ ਆਪਣਾ ਸਾਰਾ ਰਾਜਨੀਤਿਕ ਕੈਰੀਅਰ ਇਸ ਗੱਲ 'ਤੇ ਬਣਾਇਆ ਵੀ ਮੈਂ ਐਮਰਜੈਂਸੀ ਦਾ ਵਿਰੋਧ ਕੀਤਾ ਸੀਗਾ, ਨਾਓ ਦਿਸ ਇਜ਼ ਐਨ ਅਨਡਿਕਲੇਅਰਡ ਐਮਰਜੈਂਸੀ ਵਿਚ ਦੇ ਹੈਵ ਇੰਪੋਜ਼ਡ ਆਊਟ ਆਫ ਫਰਸਟ੍ਰੇਸ਼ਨ। ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਕਾਂਗਰਸ ਪਾਰਟੀ ਅਤੇ ਕਿਸੇ ਵੀ ਹੱਦ ਤਾਈਂ, ਚਾਹੇ ਆ ਸੁਨੀਲ ਜਾਖੜ ਦੇ ਨਾਲ ਅਬੋਹਰ 'ਚ ਹੋਇਆ, ਚਾਹੇ ਆ ਇੱਥੇ ਸਿਮਰਜੀਤ ਦੇ ਨਾਲ ਲੁਧਿਆਣੇ 'ਚ ਹੋਇਆ,
ਚਾਹੇ ਕਿਸੇ ਵੀ ਹਲਕੇ ਦੇ ਉੱਤੇ ਸਾਡੇ ਕਾਂਗਰਸ ਦੇ ਵਰਕਰ ਹੋਣ, ਚਾਹੇ ਕੋਈ ਵੀ ਪੰਜਾਬੀ ਕੋਈ ਵੀ ਜਿਹਦੇ ਆਵਾਜ਼ ਉਠਾਉਣ ਦੇ ਜਿਹੜਾ ਬੇਸਿਕ ਸਾਡੇ ਫੰਡਾਮੈਂਟਲ ਰਾਈਟ ਹੈ, ਉਹਦੇ ਨਾਲ ਜਦੋਂ ਇਸ ਕਿਸਮ ਦਾ ਹਾਲਾਤ ਬਣਨਗੇ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ। ਦੈਟਸ ਵਾਈ ਵੀ ਆਰ ਹੇਅਰ। ਮੈਂ ਬਿਲਕੁਲ ਮਿਲ ਦੇਖੋ ਸਾਹਿਬ, ਕਿਸੇ ਨੂੰ ਮਿਲਾਉਣ ਦਾ ਜਾਂ ਨਾ ਮਿਲਾਉਣ ਦਾ ਆਮ ਨੋਟ ਇਨ ਦੈਟ ਕਾਇੰਡ ਆਫ ਲੀਡਰਸ਼ਿਪ ਰੋਲ। ਆਈ ਹੈਵ ਕਮ ਹੇਅਰ ਐਜ਼ ਅ ਕਾਂਗਰਸਮੈਨ, ਆਈ ਹੈਵ ਕਮ ਹੇਅਰ ਐਜ਼ ਅ ਪੀਪਲ ਰਿਪ੍ਰੈਜ਼ੈਂਟੇਟਿਵ, ਆਈ ਹੈਵ ਕਮ ਹੇਅਰ ਐਜ਼ ਅ ਕੋਲੀਗ MLA। ਅਤੇ ਸਾਡਾ ਜਿਹੜਾ ਮੇਨ ਮਸਲਾ ਸਿਧਾਂਤਿਕ ਤੌਰ 'ਤੇ ਹੈ ਵੀ ਸਰਕਾਰ ਅਪੋਜੀਸ਼ਨ ਦੀ ਆਵਾਜ਼ ਦਬਾ ਰਹੀ ਹੈ, ਅਤੇ ਜਿਸ ਕਿਸਮ ਦੀ ਪੁਲਿਸ ਫੋਰਸ ਇਸਤੇਮਾਲ ਕੀਤੀ ਗਈ ਹੈ ਵਿਚ ਇਜ਼ ਟੋਟਲੀ ਅਨਕੌਲਡ ਫੋਰ, ਇਸ ਕਿਸਮ ਦੀ ਧੱਕੇਸ਼ਾਹੀ ਪੁਲਿਸ ਦੀ ਜੇ ਗੁੰਡਿਆਂ ਦੇ ਖਿਲਾਫ ਹੁੰਦੀ ਤਾਂ ਦਿਨ ਹੀ ਦੇਖਣੇ ਪੈਣੇ ਸੀ। ਦਿਸ ਇਜ਼ ਆਈ ਐਮ ਸੇਇੰਗ, ਆਈ ਐਮ ਨੋਟ ਅ ਲੀਡਰ, ਆਈ ਕੈਨ ਨੋਟ ਸੇ ਦੈਟ ਮੈਂ ਉਹਨਾਂ ਨੂੰ ਕੋਈ ਮਿਲਾਉਣ ਵਾਸਤੇ ਆਇਆ। ਮੈਂ ਆਈ ਕੈਨ ਨੋਟ ਡਿਸਾਈਡ, ਦਿਸ ਇਜ਼ ਨੋਟ ਮਾਈ ਕੁਐਸਚਨ, ਮਾਈ ਕੁਐਸਚਨ ਇਜ਼ ਦੈਟ ਕਿ ਇਹ ਆਈ ਐਮ ਹੇਅਰ ਐਜ਼ ਅ ਕਾਂਗਰਸਮੈਨ, ਓਕੇ, ਆਈ ਐਮ ਹੇਅਰ ਐਜ਼ ਅ ਕਾਂਗਰਸਮੈਨ, ਸੁਖਜਿੰਦਰ ਰੰਧਾਵਾ ਜੀ ਦੇ ਸੀਨੀਅਰ ਕਾਂਗਰਸਮੈਨ, ਆਰ ਆਸ਼ੂ ਜੀ ਇਜ਼ ਦਾ ਟਰਸਟਿਡ ਮੋਸਟ ਟਰਸਟਿਡ ਮੈਨ ਆਫ ਰਾਹੁਲ ਗਾਂਧੀ ਜੀ। ਜਾਖੜ ਜੀ, ਜਾਖੜ ਜੀ, ਇੱਕ 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 ਮਿੰਟ ਨਹੀਂ ਮੈਂ, ਇੱਕ ਮਿੰਟ, ਇੱਕ ਮਿੰਟ ਮਿਲਨੇ ਦੀ ਹੈ। ਹੀ ਹੈਡ ਗੋਨ ਟੂ ਤੁਹਾਡਾ ਕੀ ਕਹਿਣਾ, ਕਮਿਸ਼ਨਰ ਪੁਲਿਸ ਸੇ ਬਾਤ ਕਰਕੇ ਵਹਾਂ ਪੇ ਗਏ ਹੈ, ਹੀ ਹੈਡ ਗਿਵਨ ਪਰਮਿਸ਼ਨ ਵੀ ਤਿੰਨੋ ਜਾ ਕੇ MLA ਉਸਸੇ ਮਿਲਨੇ, ਬਟ ਪੁਲਿਸ ਕੀ ਤਸ਼ੱਦਤ ਹੈ, ਜਬ ਵਹਾਂ ਪੇ ਪਹੁੰਚੇ ਤੋ ਉਨਕੋ ਗਾੜੀ ਮੇਂ ਬਿਠਾ ਕੇ ਭਗਾ ਕੇ ਲੈ ਗਏ, ਜੈਸੇ ਵੋ ਕੋਈ ਨਾ ਕੋਈ ਟੈਰਰਿਸਟ। ਲੁਧਿਆਣਾ ਮੇਂ ਜ਼ਿਆਦਾ ਓਪੋਜੀਸ਼ਨ ਕਾ ਅੱਛਾ ਰੋਲ ਅਦਾ ਕਰ ਰਹਾ ਹੈ ਔਰ ਕਾਂਗਰਸ ਉਸਕੋ ਬਾਅਦ ਮੇਂ ਆ ਕੇ ਸਪੋਰਟ ਕਰ ਰਹੀ ਹੈ। ਦੇਖੀਏ ਸਾਹਿਬ, ਜੋ ਕਾਮ ਕਾਂਗਰਸ ਕੋ ਕਰਨਾ ਚਾਹੀਏ ਥਾ ਜਿਸ ਇਸ਼ੂ ਪੇ, ਵਹਾਂ ਪਰ ਕਾਂਗਰਸ ਉਸ ਜੋ ਆਦਮੀ ਕਹਿ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਕੇ ਸਾਥ ਜਾ ਰਹਾ ਹੂੰ, ਉਨਕੋ ਬਾਅਦ ਮੇਂ ਆ ਕੇ ਕਾਂਗਰਸ ਸਪੋਰਟ ਕਰ ਰਹੀ ਹੈ। ਦੇਖੀਏ ਸਾਹਿਬ, ਕੌਣ ਮੈਂ ਤੁਹਾਨੂੰ ਆਹ ਕਹਿ ਰਿਹਾ ਵੀ ਨੋਟ ਨੋਟਵਿਥਸਟੈਂਡਿੰਗ ਆਰ ਪੋਲੀਟੀਕਲ ਡਿਫਰੈਂਸਿਸ, ਆਈ ਐਮ ਹੇਅਰ ਔਨ ਅ ਮੈਟਰ ਆਫ ਪ੍ਰਿੰਸੀਪਲ, ਦੈਟ ਇਜ਼ ਇਟ। ਨਹੀਂ ਨਹੀਂ ਕਾਂਗਰਸ